ਅਤੇ ਇਸ ਹਫ਼ਤੇ ਦੇ ਵਿੱਚ ਕਾਫ਼ੀ ਵਧੀਆ ਕੰਮ ਹੋਇਆ ਡਰੱਗਸ ਪੱਧਰ 'ਤੇ। ਟੋਟਲ ਜਿਹੜੀਆਂ ਨੇ 109 ਐੱਫ ਆਈ ਆਰ ਦਰਜ ਹੋਈਆਂ ਪੰਜਾਬ ਦੇ ਵਿੱਚ, 141 ਜਿਹੜੇ ਦੋਸ਼ੀ ਫੜੇ ਗਏ ਆ, 22 ਕੇਸਿਸ ਜਿਹੜੇ ਨੇ ਕਮਰਸ਼ੀਅਲ ਕੁਆਂਟਿਟੀ ਦੇ ਦਰਜ ਹੋਏ ਆ, ਜਿਹਦੇ 'ਚ 31 ਵੱਡੇ ਸਮੱਗਲਰ ਜਿਹੜੇ ਅਰੈਸਟ ਕੀਤੇ ਗਏ ਆ। ਕਮਰਸ਼ੀਅਲ ਕੁਆਂਟਿਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਵੱਧ ਹੁਸ਼ਿਆਰਪੁਰ 'ਚ 5 ਐੱਫ ਆਈ ਆਰ ਦਰਜ ਹੋਈਆਂ, ਅੰਮ੍ਰਿਤਸਰ ਰੂਰਲ 'ਚ 3, ਤਰਨ ਤਾਰਨ 'ਚ 2 ਐੱਫ ਆਈ ਆਰ ਦਰਜ ਹੋਈਆਂ ਕਮਰਸ਼ੀਅਲ ਕੁਆਂਟਿਟੀ ਦੀਆਂ। ਰਿਕਵਰੀ ਜਿਹੜੀ ਆ ਹੈਰੋਇਨ ਦੀ, ਟੋਟਲ ਰਿਕਵਰੀ ਜਿਹੜੀ ਹੈ 19 ਕਿਲੋ ਤੋਂ ਉੱਪਰ ਹੈਰੋਇਨ ਦੀ ਰਿਕਵਰੀ ਹੋਈ ਹੈ, 8 ਕਿਲੋ ਓਪੀਐਮ ਦੀ ਰਿਕਵਰੀ ਹੋਈ ਹੈ, ਪੋਪੀ ਹਸਕ ਦੀ 2523 ਕਿਲੋ ਦੀ ਰਿਕਵਰੀ ਹੋਈ ਹੈ, 1,40,000 ਡਰੱਗ ਮਨੀ ਜਿਹੜਾ ਹੈ ਉਹ ਫੜਿਆ ਗਿਆ ਵਾ, 1,40,000, 18 ਵਹੀਕਲ ਰਿਕਵਰ ਕੀਤੇ ਆ। ਔਰ ਪੀਓਜ਼ 'ਤੇ ਇੱਕ ਆਪਣਾ ਸਪੈਸ਼ਲ ਕੈਂਪੇਨ ਚੱਲ ਰਿਹਾ, ਜਿਹਦੇ ਵਿੱਚ 6 ਪੀਓ ਜਿਹੜੇ ਇਸ ਹਫ਼ਤੇ ਅਰੈਸਟ ਕੀਤੇ ਆ। ਹੁਣ ਤੱਕ ਜਦੋਂ ਦਾ ਆਪਾਂ ਕੈਂਪੇਨ ਸ਼ੁਰੂ ਕੀਤਾ ਹੈ, ਟੋਟਲ 1260 ਜਿਹੜੇ ਪ੍ਰੋਕਲੇਮਡ ਓਫੈਂਡਰਸ ਆ NDPS ਐਕਟ ਦੇ ਤਹਿਤ, ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਦੂਸਰਾ ਫੋਕਸ ਜਿਹੜਾ ਆਪਣਾ ਹੈਗਾ, ਉਹ ਪ੍ਰੋਪਰਟੀ ਫੋਰ ਫੀਚਰ ਦੇ ਉੱਤੇ ਫੋਕਸ ਆ। ਹੁਣ ਤੱਕ ਜਿਹੜਾ ਟੋਟਲ 263 ਜਿਹੜੇ ਨੇ ਮੁਜਰਿਮ ਆ, ਵੱਡੇ ਜਿਹੜੇ ਸਮੱਗਲਰ ਆ, ਜਿਨ੍ਹਾਂ ਦੀ ਪ੍ਰੋਪਰਟੀ ਫੋਰਫਿਟ ਹੋਈ ਹੈ, 111 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰੋਪਰਟੀ ਹੈ ਫੋਰਫਿਟ ਹੋਈ ਹੈ, 9 ਕੇਸਿਸ ਪਾਈਪਲਾਈਨ 'ਚ ਆ, ਜਿਹਦੇ 'ਚ 3 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਜਿਹੜੀ ਹੈ ਹੋਰ ਫੋਰਫਿਟ ਹੋਣ ਦੀ ਪੋਸੀਬਿਲਿਟੀ ਆ। ਸੋ 111 ਕਰੋੜ ਤੋਂ ਉੱਪਰ ਦੀ ਪ੍ਰੋਪਰਟੀ ਫੋਰਫਿਟ ਹੁਣ ਤੱਕ ਆਪਾਂ ਕਰ ਚੁੱਕੇ ਹਾਂ। ਤੀਸਰਾ ਫੋਕਸ ਸਾਡਾ ਹੈਗਾ ਪਿੱਟ NDPS ਐਕਟ ਦਾ, ਉਹਦੇ ਸਾਡੇ 84 ਪ੍ਰਪੋਜ਼ਲ ਚੱਲ ਰਹੇ ਆ, ਜਿਹਦੇ 'ਚ ਜਿਹੜੇ STF ਜਿਹੜਾ ਸਾਡਾ ਨੋਡਲ ਏਜੰਸੀ ਆ ਉਹਨੂੰ ਐਗਜ਼ਾਮਿਨ ਕਰਦੇ ਆ, ਉਹ ਸਾਰੇ ਪ੍ਰਪੋਜ਼ਲ ਐਗਜ਼ਾਮਿਨ ਕੀਤੇ ਜਾ ਰਹੇ ਆ, ਔਰ ਜਲਦੀ ਹੀ ਉਹਦੇ ਵਿੱਚ ਵੀ ਜੋ ਐਕਸ਼ਨੇਬਲ ਹੋਏਗਾ ਉਹ ਤੁਹਾਡੇ ਰੂਬਰੂ ਆਪਾਂ ਕਰਾਂਗੇ। ਸੋ ਇਸ ਹਫ਼ਤੇ ਦੇ ਦੌਰਾਨ, ਇਸ ਜਿਹੜਾ ਜਨਵਰੀ ਦੇ ਮਹੀਨੇ ਦੇ ਦੌਰਾਨ, 2 ਵੱਡੀਆਂ ਰਿਕਵਰੀਜ਼ ਹੋਈਆਂ। ਇੱਕ ਜਲੰਧਰ ਪੁਲਿਸ ਨੇ 4 ਜਨਵਰੀ ਨੂੰ 63 ਕਿਲੋ ਜਿਹੜੀ ਆ OPM ਦੀ ਰਿਕਵਰੀ ਕੀਤੀ ਹੈ, ਜਿਹਦੇ ਵਿੱਚ 4 ਦੋਸ਼ੀ ਫੜੇ ਗਏ ਸੀਗੇ। STF ਫਿਰੋਜ਼ਪੁਰ ਨੇ 7 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਹੈ। ਅਤੇ ਇਸ ਹਫ਼ਤੇ ਦੇ ਵਿੱਚ ਕਾਫ਼ੀ ਵਧੀਆ ਕੰਮ ਹੋਇਆ ਡਰੱਗਸ ਪੱਧਰ 'ਤੇ। ਟੋਟਲ ਜਿਹੜੀਆਂ ਨੇ 109 ਐੱਫ ਆਈ ਆਰ ਦਰਜ ਹੋਈਆਂ ਪੰਜਾਬ ਦੇ ਵਿੱਚ, 141 ਜਿਹੜੇ ਦੋਸ਼ੀ ਫੜੇ ਗਏ ਆ, 22 ਕੇਸਿਸ ਜਿਹੜੇ ਨੇ ਕਮਰਸ਼ੀਅਲ ਕੁਆਂਟਿਟੀ ਦੇ ਦਰਜ ਹੋਏ ਆ, ਜਿਹਦੇ 'ਚ 31 ਵੱਡੇ ਸਮੱਗਲਰ ਜਿਹੜੇ ਅਰੈਸਟ ਕੀਤੇ ਗਏ ਆ। ਕਮਰਸ਼ੀਅਲ ਕੁਆਂਟਿਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਵੱਧ ਹੁਸ਼ਿਆਰਪੁਰ 'ਚ 5 ਐੱਫ ਆਈ ਆਰ ਦਰਜ ਹੋਈਆਂ, ਅੰਮ੍ਰਿਤਸਰ ਰੂਰਲ 'ਚ 3, ਤਰਨ ਤਾਰਨ 'ਚ 2 ਐੱਫ ਆਈ ਆਰ ਦਰਜ ਹੋਈਆਂ ਕਮਰਸ਼ੀਅਲ ਕੁਆਂਟਿਟੀ ਦੀਆਂ। ਰਿਕਵਰੀ ਜਿਹੜੀ ਆ ਹੈਰੋਇਨ ਦੀ, ਟੋਟਲ ਰਿਕਵਰੀ ਜਿਹੜੀ ਹੈ 19 ਕਿਲੋ ਤੋਂ ਉੱਪਰ ਹੈਰੋਇਨ ਦੀ ਰਿਕਵਰੀ ਹੋਈ ਹੈ, 8 ਕਿਲੋ OPM ਦੀ ਰਿਕਵਰੀ ਹੋਈ ਹੈ, ਪੋਪੀ ਹਸਕ ਦੀ 2523 ਕਿਲੋ ਦੀ ਰਿਕਵਰੀ ਹੋਈ ਹੈ, 1,40,000 ਡਰੱਗ ਮਨੀ ਜਿਹੜਾ ਹੈ ਉਹ ਫੜਿਆ ਗਿਆ ਵਾ, 1,40,000, 18 ਵਹੀਕਲ ਰਿਕਵਰ ਕੀਤੇ ਆ। ਔਰ ਪੀਓਜ਼ 'ਤੇ ਇੱਕ ਆਪਣਾ ਸਪੈਸ਼ਲ ਕੈਂਪੇਨ ਚੱਲ ਰਿਹਾ, ਜਿਹਦੇ ਵਿੱਚ 6 ਪੀਓ ਜਿਹੜੇ ਇਸ ਹਫ਼ਤੇ ਅਰੈਸਟ ਕੀਤੇ ਆ। ਹੁਣ ਤੱਕ ਜਦੋਂ ਦਾ ਆਪਾਂ ਕੈਂਪੇਨ ਸ਼ੁਰੂ ਕੀਤਾ ਹੈ, ਟੋਟਲ 1260 ਜਿਹੜੇ ਪ੍ਰੋਕਲੇਮਡ ਓਫੈਂਡਰਸ ਆ NDPS ਐਕਟ ਦੇ ਤਹਿਤ, ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਦੂਸਰਾ ਫੋਕਸ ਜਿਹੜਾ ਆਪਣਾ ਹੈਗਾ, ਉਹ ਪ੍ਰੋਪਰਟੀ ਫੋਰ ਫੀਚਰ ਦੇ ਉੱਤੇ ਫੋਕਸ ਆ। ਹੁਣ ਤੱਕ ਜਿਹੜਾ ਟੋਟਲ 263 ਜਿਹੜੇ ਨੇ ਮੁਜਰਿਮ ਆ, ਵੱਡੇ ਜਿਹੜੇ ਸਮੱਗਲਰ ਆ, ਜਿਨ੍ਹਾਂ ਦੀ ਪ੍ਰੋਪਰਟੀ ਫੋਰਫਿਟ ਹੋਈ ਹੈ, 111 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰੋਪਰਟੀ ਹੈ ਫੋਰਫਿਟ ਹੋਈ ਹੈ, 9 ਕੇਸਿਸ ਪਾਈਪਲਾਈਨ 'ਚ ਆ, ਜਿਹਦੇ 'ਚ 3 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਜਿਹੜੀ ਹੈ ਹੋਰ ਫੋਰਫਿਟ ਹੋਣ ਦੀ ਪੋਸੀਬਿਲਿਟੀ ਹੈ। ਸੋ 111 ਕਰੋੜ ਤੋਂ ਉੱਪਰ ਦੀ ਪ੍ਰੋਪਰਟੀ ਫੋਰਫਿਟ ਹੁਣ ਤੱਕ ਆਪਾਂ ਕਰ ਚੁੱਕੇ ਹਾਂ। ਤੀਸਰਾ ਫੋਕਸ ਸਾਡਾ ਹੈਗਾ ਪਿੱਟ NDPS ਐਕਟ ਦਾ, ਉਹਦੇ ਸਾਡੇ 84 ਪ੍ਰਪੋਜ਼ਲ ਚੱਲ ਰਹੇ ਆ,
ਜਿਹਦੇ 'ਚ ਜਿਹੜੇ STF ਜਿਹੜਾ ਸਾਡਾ ਨੋਡਲ ਏਜੰਸੀ ਆ ਉਹਨੂੰ ਐਗਜ਼ਾਮਿਨ ਕਰਦੇ ਆ, ਉਹ ਸਾਰੇ ਪ੍ਰਪੋਜ਼ਲਸ ਐਗਜ਼ਾਮਿਨ ਕੀਤੇ ਜਾ ਰਹੇ ਆ, ਔਰ ਜਲਦੀ ਹੀ ਉਹਦੇ ਵਿੱਚ ਵੀ ਜੋ ਐਕਸ਼ਨੇਬਲ ਹੋਏਗਾ ਉਹ ਤੁਹਾਡੇ ਰੂਬਰੂ ਆਪਾਂ ਕਰਾਂਗੇ। ਸੋ ਇਸ ਹਫ਼ਤੇ ਦੇ ਦੌਰਾਨ, ਇਸ ਜਿਹੜਾ ਜਨਵਰੀ ਦੇ ਮਹੀਨੇ ਦੇ ਦੌਰਾਨ, ਦੋ ਵੱਡੀਆਂ ਰਿਕਵਰੀਜ਼ ਹੋਈਆਂ। ਇੱਕ ਜਲੰਧਰ ਪੁਲਿਸ ਨੇ 4 ਜਨਵਰੀ ਨੂੰ 63 ਕਿਲੋ ਜਿਹੜੀ ਆ OPM ਦੀ ਰਿਕਵਰੀ ਕੀਤੀ ਆ, ਜਿਹਦੇ ਵਿੱਚ 4 ਦੋਸ਼ੀ ਫੜੇ ਗਏ ਸੀਗੇ। STF ਫਿਰੋਜ਼ਪੁਰ ਨੇ 7 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਹੈ।